ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੀ ਕਿ ਡੇਟ ਸ਼ੀਟ ਹੈਗੀ ਸਾਲਾਨਾ ਪ੍ਰੀਖਿਆ ਫਰਵਰੀ ਮਾਰਚ 2024 ਲਈ ਜਿਹੜੀ ਕਿ ਅੱਜ ਹੀ ਨੋਟਿਸ ਜਾਰੀ ਹੋਇਆ ਹੈ ਤੇ ਉਹ ਵਾਲੀ ਜਿਹੜੀ ਡੇਟ ਸ਼ੀਟ ਹੈ ਤੁਹਾਡੀ ਆ ਚੁੱਕੀ ਹੈ ਜਿਹੜੀ ਫਾਈਨਲ ਬੋਰਡ ਐਗਜ਼ਾਮ ਦੇ ਲਈ ਸੀਗੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਿਤੀ 07/3/2024 ਤੋਂ ਲੈ ਕੇ 14/3/2024 ਤੱਕ ਹੈ ਆਪਾਂ ਇਸ ਵੀਡੀਓ ਵਿੱਚ ਸਿਰਫ ਪੰਜਵੀਂ ਜਮਾਤ ਵਾਲਿਆਂ ਦੀ ਡੇਟ ਸ਼ੀਟ ਦਾ ਅਅ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਡੇਟ ਸ਼ੀਟ ਸੈੱਟ ਹੋਈ ਹੈ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਡੇ ਕਿੰਨੀ ਤਰੀਕ ਤੋਂ ਪੇਪਰ ਸਟਾਰਟ ਨੇ ਤਾਂ ਜੋ ਤੁਸੀਂ ਜਿਹੜੀ ਆਪਣੀ ਤਿਆਰੀ ਹੈ ਜਲਦ ਤੋਂ ਜਲਦ ਕਰ ਸਕੋ ਤੇ ਇਹ ਦੇਖਣਾ ਜ਼ਰੂਰੀ ਹੈਗਾ ਜਿਹੜੇ ਬੋਰਡ ਦੇ ਸੈਂਪਲ ਪੇਪਰ ਨੇ ਤੇ ਮੋਡਲ ਟੈਸਟ ਪੇਪਰ ਨੇ ਸਭ ਤੋਂ ਪਹਿਲਾਂ ਇਸ ਚੈਨਲ ਤੇ ਆਪਣੇ ਲੋਡ ਕੀਤੇ ਜਾਣਗੇ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਿਹੜੇ ਇਹ ਪੇਪਰ ਨੇ ਇਹ ਤੁਹਾਡੇ ਫਾਈਨਲ ਬੋਰਡ ਡੇਟਸ਼ੀਟ ਜਿਹੜੀ ਕਿ ਦੱਸ ਦਿੱਤੀ ਹੈ ਤੇ ਸਮਾਂ ਵੀ ਦੱਸਿਆ ਹੋਇਆ ਤੇ ਜਿਹੜੇ ਤੁਹਾਡੇ ਸੈਂਟਰ ਨੇ ਉਹ ਤੁਹਾਡੇ ਸਕੂਲ ਵੱਲੋਂ ਦੱਸ ਦਿੱਤੇ ਜਾਣਗੇ ਕਿ ਜਿਹੜੇ ਤੁਹਾਡਾ ਪੇਪਰ ਦਾ ਸੈਂਟਰ ਹੋਏਗਾ ਉਹ ਕਿੱਥੇ ਹੋਏਗਾ ਇਹ ਪ੍ਰੀਖਿਆ ਦਾ ਜਿਹੜਾ ਸਮਾਂ ਹੈਗਾ ਉਹ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗੀ ਤੇ ਪ੍ਰੀਖਿਆ ਲਈ ਸਮਾਂ 3 ਘੰਟੇ ਹੋਏਗਾ ਪ੍ਰੀਖਿਆਰਥੀ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਜਿਹੜਾ ਕਿ ਵਾਧੂ ਸਮਾਂ ਦਿੱਤਾ ਜਾਏਗਾ ਤੇ 7 ਵਜੇ ਜਿਹੜੀ 7 ਤਰੀਕ ਨੂੰ ਜਿਹੜਾ ਸਾਡਾ ਵੀਰਵਾਰ ਦਾ ਦਿਨ ਹੈਗਾ ਮਾਰਚ ਦਾ 10 ਤੋਂ 1 ਵਜੇ ਤੱਕ ਤੁਹਾਡਾ ਅੰਗਰੇਜ਼ੀ ਦਾ ਪੇਪਰ ਤੇ ਉਸ ਤੋਂ ਬਾਅਦ ਜਿਹੜਾ 11 ਤਰੀਕ ਨੂੰ ਸੋਮਵਾਰ ਨੂੰ ਤੁਹਾਡਾ ਗਣਿਤ ਦਾ ਪੇਪਰ ਹੋਏਗਾ ਤੇ ਇਸ ਦੇ ਜਿਹੜੇ ਦੋਨਾਂ ਦੇ ਸੈਂਪਲ ਪੇਪਰ ਵਿਦ ਸੋਲੂਸ਼ਨ ਨੇ ਉਸ ਚੈਨਲ ਤੇ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ 12 3 2024 ਮੰਗਲਵਾਰ ਨੂੰ ਜਿਹੜਾ ਕਿ ਤੁਹਾਡਾ ਹੈਗਾ ਪੰਜਾਬੀ ਹਿੰਦੀ ਤੇ ਉਰਦੂ ਮਤਲਬ ਕਿਸੇ ਵੀ ਲੈਂਗੁਏਜ ਦਾ ਪੇਪਰ ਹੋ ਸਕਦਾ ਹੈ ਤੁਹਾਡਾ ਇਹ ਤੇ 13 ਤਰੀਕ ਨੂੰ ਬੁੱਧਵਾਰ ਨੂੰ ਤੁਹਾਡਾ ਵਾਤਾਵਰਣ ਸਿੱਖਿਆ ਦਾ ਪੇਪਰ ਹੋਏਗਾ 14 ਨੂੰ ਤੁਹਾਡਾ ਪੰਜਾਬੀ ਹਿੰਦੀ ਉਰਦੂ ਮਤਲਬ ਇਹ ਹੋਏਗਾ ਪੇਪਰ ਤੇ ਇਸ ਤਰੀਕੇ ਨਾਲ ਪੰਜਵੀਂ ਜਮਾਤ ਵਾਲਿਆਂ ਦੀ ਹੈਗੀ ਹੈ ਤੇ ਉਹਨਾਂ ਨੇ ਕੁਝ ਇਨਸਟਰਕਸ਼ਨ ਦਿੱਤੀਆਂ ਨੇ ਇਹਨਾਂ ਇਨਸਟਰਕਸ਼ਨ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਡੇਟ ਸ਼ੀਟ ਨੂੰ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਤੇ ਜੇਕਰ ਜਿਹੜੇ ਵੀ ਪੇਪਰ ਦਾ ਸੈਂਪਲ ਪੇਪਰ ਤੁਹਾਨੂੰ ਚਾਹੀਦਾ ਹੈ ਕਮੈਂਟ ਕਰੋ ਨੀਚੇ ਤੇ ਜਿਹੜੇ ਬੱਚੇ ਪਰਸਨਲ ਟਿਊਸ਼ਨ ਕਲਾਸਿਸ ਲਗਾਣਾ ਚਾਹੁੰਦੇ ਨੇ ਨੀਚੇ ਟੈਲੀਗ੍ਰam ਚੈਨਲ ਦਾ ਲਿੰਕ ਦਿੱਤਾ ਹੋਇਆ ਉੱਥੇ ਜੁਆਇਨ ਕਰਕੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਇਨਸਟਰਕਸ਼ਨ ਪੜਦੇ ਆ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰ ਵਿੱਚ ਹੀ ਹੋਵੇਗੀ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੇ ਪ੍ਰਸ਼ਨ ਪੱਤਰ ਬੁੱਕਲੇਟ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ ਠੀਕ ਹੈ ਉਸ ਤੋਂ ਬਾਅਦ ਹੈਗਾ ਸਿਹਤ ਅਤੇ ਸਰੀਰਿਕ ਸਿੱਖਿਆ ਵਿਸ਼ੇ ਦੇ ਜਿਹੜੀ ਪ੍ਰਯੋਗੀ ਪ੍ਰੀਖਿਆ ਹੈਗੀ ਆ ਉਹ 15 ਤਿੰਨ ਮਤਲਬ 14 ਨੂੰ ਤੁਹਾਡੇ ਪੇਪਰ ਖਤਮ ਹੋਣਗੇ 15 ਮਾਰਚ ਨੂੰ ਤੁਹਾਡੀ ਜਿਹੜੀ ਕਿ ਪ੍ਰਯੋਗੀ ਪ੍ਰੀਖਿਆ ਹੋਏਗੀ ਤੇ ਅੱਗੇ ਹੈਗਾ ਕੇਂਦਰ ਸੁਪਰਡੰਟ ਸuperintendent ਜਿਹੜਾ ਹੁੰਦਾ ਤੁਹਾਡਾ ਉਪਰੋਗੀ ਪ੍ਰੀਖਿਆ ਦੇਣ ਲਈ ਸਾਰੇ ਪ੍ਰੀਖਿਆਰਥੀਆਂ ਨੂੰ ਉਪਰੋਗੀ ਪ੍ਰੀਖਿਆ ਦੀ ਮਿਤੀ ਨੋਟ ਕਰਵਾ ਦਿੱਤੀ ਜਾਵੇ ਤੇ ਉਸ ਤੋਂ ਹੈਗਾ ਪ੍ਰੀਖਿਆ ਕੇਂਦਰ ਦੀ ਹੱਥ ਵਿੱਚ ਮੋਬਾਈਲ ਫੋਨ ਦੀ ਜਿਹੜੀ ਕਿ ਕੋਲ ਰੱਖਣ ਦੀ ਮਨਾਹੀ ਹੈਗੀ ਹੈ ਉਸ ਤੋਂ ਅੱਗੇ ਨੈਕਸਟ ਹੈਗਾ ਜਿਹੜੇ ਰੋਲ ਨੰਬਰ ਨੇ ਤੁਹਾਡੇ ਠੀਕ ਹੈ ਉਹ ਤੁਹਾਨੂੰ ਪਹਿਲਾਂ ਹੀ ਦੇ ਦਿੱਤੇ ਜਾਣਗੇ ਤੇ ਉਸ ਤੋਂ ਪਹਿਲਾਂ ਤੁਹਾਡੇ ਪ੍ਰੀ-ਵੋਰਡ ਹੋਣਗੇ ਉਹਨਾਂ ਦੀ ਤਿਆਰੀ ਵੀ ਤੁਸੀਂ ਹੁਣ ਕਰ ਸਕਦੇ ਹੋ ਇਸ ਚੈਨਲ ਦੇ ਥਰੂ ਤੇ ਆਪਾਂ ਹੁਣ ਦੇਖ ਲੈਣੇ ਆ ਉਸ ਤੋਂ ਬਾਅਦ ਤੁਹਾਡੇ ਅਗਲੇ ਸੈਂਟਰੋਰ ਪ੍ਰੀਬੋਰਡ ਦੇ ਪੇਪਰ ਹੋਣਗੇ ਉਹਨਾਂ ਦੀ ਡੇਟ ਸ਼ੀਟ ਹੁਣ ਅਪਲੋਡ ਕੀਤੀ ਜਾਵੇਗੀ ਤਾਂ ਉਸ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਕੇ ਰੱਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ